ਬੁੱਲੇ ਸ਼ਾਹ ਸਾਹਿਬ ਕਸੂਰ ਵਾਲੇ ਫਰਮਾਉਂਦੇ ਨੇ, ਇਸ਼ਕ ਜਿਨ੍ਹਾਂ ਦੇ ਮਨ ਵਿੱਚ ਰਚਿਆ ਉੱਥੇ ਉਨ ਗੁਣ ਉਨ ਗੁਣ ਇਨ ਬਨ ਕੀ ਜਿਹਦੀ ਬਗਲ ਵਿੱਚ ਬੀਨ ਸਰੰਗੀ ਵਜੇ ਉੱਥੇ ਤਨ ਤਨ ਤੁਨ ਤੁਨ ਤਿਨ ਤਿਨ ਕੀ ਰਹਿਮਤ ਦਾਨੀ ਬਰਸ ਪਾਉਂਦਾ ਉੱਥੇ ਕੰਨ ਕੰਨ ਕੁਨ ਕੁਨ ਕਿਨ ਕਿਨ ਕੀ ਉਹ ਬੁੱਲੇ ਸ਼ਾਹ ਜਿਹਨੇ ਯਾਰ ਨੂੰ ਮਿਲਣਾ ਉੱਥੇ ਜੁਮਾ ਖਮੀਸ ਤੇ ਛੁਨ ਛੁਨ ਕੀ ਵਾਹ 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 ਵਾਹ। ਅੱਛਾ ਜਨਾਬ, ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਮੁਹੰਮਦ ਅਸਲਮ। ਮੁਹੰਮਦ ਅਸਲਮ ਸਾਹਿਬ, ਇਹ ਗਲੀਆਂ ਮੁਹੱਲਿਆਂ 'ਚ ਹੀ ਗਾਉਂਦੇ ਹੋ ਤੁਸੀਂ? ਇਹ ਜਿੱਥੇ ਹੀ ਅੱਲਾ ਰੋਜ਼ੀ ਦੇ ਮੈਂ ਉੱਥੇ ਹੀ ਸੁਣਾ ਦਿੰਦਾ। ਤੇ ਰੋਜ਼ਾਨਾ ਕਿੰਨਾ ਪੈਦਲ ਚੱਲਦੇ ਹੋ ਬਾਜਾ ਚੁੱਕ ਕੇ? ਪੈਦਲ ਬਸ ਜਿੰਨਾ ਕਿ ਰੋਜ਼ੀ ਜਿੰਨੇ ਤੱਕ ਨਾ ਬਣੇ ਇੰਨੇ ਤੱਕ ਪੈਦਲ ਟੁੱਟਦਾ ਰਹਿੰਦਾ, ਰੋਜ਼ੀ ਅੱਲਾ ਬਣਾ ਦਿੰਦਾ ਤੇ ਫਿਰ ਮੈਂ ਘਰ ਚਲਾ ਜਾਂਦਾ। ਤੇ ਮੁਹੰਮਦ ਅਸਲਮ ਸਾਹਿਬ, ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ ਹੈ 40-50 ਸਾਲ ਦੀ। 40-50 ਸਾਲ, ਹੋਰ ਕਿੰਨੇ ਅਰਸੇ ਤੋਂ ਗਾ ਰਹੇ ਹੋ? ਬਚਪਨ ਤੋਂ ਹੀ ਗਾ ਰਹੇ ਹੋ? ਇਹ 20-30 ਸਾਲ ਤੋਂ ਗਾ ਰਿਹਾ ਹਾਂ। ਤੇ ਬਾਜਾ ਤੁਹਾਡਾ ਬੜਾ ਪੁਰਾਣਾ ਹੈ, ਕਿੰਨਾ ਇਹ ਬਾਜਾ ਤੁਹਾਡੇ ਤੋਂ ਵੀ ਪੁਰਾਣਾ ਹੈ ਜਾਂ ਕੀ ਗੱਲ ਹੈ? ਆ ਬਾਜਾ ਮੇਰੇ ਤੋਂ ਵੀ ਪੁਰਾਣਾ ਹੈ, ਮੇਰੇ ਵੱਡੇ ਭਰਾ ਦਾ ਮੁਹੰਮਦ ਰਫੀਕ ਦਾ ਬਾਜਾ ਹੈ। ਅੱਛਾ, ਮੁਹੰਮਦ ਰਫੀਕ, ਉਹ ਵੀ ਗਾਉਂਦਾ ਸੀ? ਉਹ ਵੀ ਗਾਉਂਦਾ ਸੀ। ਤੁਸੀਂ ਸਿੱਖਿਆ ਕਿਹਦੇ ਕੋਲੋਂ ਗਾਣਾ? ਇਹ ਗਾਣਾ ਸਿੱਖਿਆ ਆਪਣੇ ਵੱਡੇ ਭਰਾ ਕੋਲ, ਮੁਹੰਮਦ ਰਫੀਕ। ਮੁਹੰਮਦ ਰਫੀਕ ਕੋਲੋਂ ਹੀ ਸਿੱਖਿਆ? ਹਾਂ। ਅੱਛਾ, ਤੇ ਬੱਚੇ ਕਿੰਨੇ ਨੇ ਤੁਹਾਡੇ? 6 ਬੱਚੇ ਨੇ ਮੇਰੇ। ਉਹ ਛੋਟੇ ਨੇ ਅਜੇ ਜਾਂ ਵੱਡੇ? ਗਾਣਾ ਉਹ ਵੀ ਸਿੱਖਦੇ ਪਏ ਨੇ? ਉਹ ਅਜੇ ਛੋਟੇ ਨੇ। ਅੱਛਾ, ਉਹ ਵੱਡੇ ਹੋਣਗੇ ਤੇ ਫਿਰ ਕੋਈ ਕੰਮ ਕਰਨਗੇ। ਅੱਛਾ, ਤੁਹਾਡਾ ਕਦੀ ਦਿਲ ਕੀ ਕਰਦਾ ਹੈ ਗਾਣਾ ਛਾਣੇ ਤੋਂ ਇਲਾਵਾ? ਕੀ ਦਿਲ ਕਰਦਾ ਹੈ ਕਿ ਮੈਂ ਕਦੀ ਵਜ਼ੀਰ ਆਜ਼ਮ ਬਣਾ ਜਾਂ ਕਿਧਰ ਦਫ਼ਤਰ 'ਚ ਬੈਠਾ ਹੋਵਾਂ ਜਾਂ ਕੋਈ ਦੁਕਾਨ ਮੇਰੀ ਹੋਵੇ ਜਾਂ ਕੋਈ ਕਾਰਖਾਨਾ ਹੋਵੇ ਜਾਂ ਕੋਈ, ਕਦੀ ਦਿਲ ਇਸ ਤਰ੍ਹਾਂ ਦਾ ਕਰਦਾ? ਦਿਲ ਜੀ, ਦਿਲ ਤੇ ਇਨਸਾਨ ਦਾ ਬੜਾ ਕਰਦਾ ਹੈ ਕਿ ਮੈਂ ਆਪਣੀ ਆਗ ਬਸ ਸਵਾਰਾਂ, ਅੱਗੇ ਨਸੀਬ ਦਾ ਸਾਰਾ ਚੱਕਰ ਹੈ। ਨਹੀਂ, ਆਕਬਤ ਤੇ ਹੋਰ ਚੀਜ਼ ਹੈ ਨਾ, ਇੱਕ ਦਿਲ ਬੰਦੇ ਦਾ ਕਰਦਾ ਕਿ ਮੇਰੇ ਕੋਲ ਗੱਡੀ ਹੋਵੇ ਜਾਂ ਦਿਲ ਕਰਦਾ ਮੇਰਾ ਕੋਈ ਕਾਰਖਾਨਾ ਹੋਵੇ ਜਾਂ ਦਿਲ ਕਰਦਾ ਕਿ ਜੀ ਮੇਰੀ ਵੱਡੀ ਜੀ ਕੋਠੀ ਹੋਵੇ, ਇਸ ਤਰ੍ਹਾਂ ਦਾ ਮੈਨੂੰ ਕੋਈ ਖਾਬ ਦੱਸੋ ਜਿਹੜਾ ਤੁਹਾਡਾ ਦਿਲ ਕਰਦਾ। ਮੇਰਾ ਦਿਲ ਇਸ ਗੱਲ ਤੋਂ ਕਰ ਰਿਹਾ ਹੈ ਜੀ, ਅੱਲਾਹ ਤਾਲਾ ਨੇ ਮੈਨੂੰ ਆਪਣਾ ਮੁਹਤਾਜ ਬਣਾ ਰੱਖਿਆ ਹੈ, ਕਿਸੇ ਬੰਦੇ ਦਾ ਮੁਹਤਾਜ ਨਹੀਂ ਬਣਾਇਆ। ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਮੇਰੇ ਪੈਰ ਸਹੀ ਹੈ, ਅੱਲਾਹ ਤਾਲਾ ਦਾ ਸ਼ੁਕਰ ਹੈ ਮੇਰੇ ਹੱਥ ਸਹੀ ਹੈ, ਸੁਭਾਨ ਅੱਲਾਹ, ਅੱਲਾਹ ਤਾਲਾ ਦਾ ਸ਼ੁਕਰ ਹੈ ਮੇਰੀ ਅੱਖਾਂ ਸਹੀ ਹੈ, ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਮੈਂ ਬਿਮਾਰੀ ਤੋਂ ਮਹਿਫੂਜ਼ ਹਾਂ। ਯਾਨੀ ਆਪਣੀ ਰੋਜ਼ੀ ਕਮਾ ਰਿਹਾ, ਆਪਣੇ ਬੱਚਿਆਂ ਦੀ ਰੋਜ਼ੀ ਕਮਾ ਰਿਹਾ। ਬੜੀ ਵਾਸਤੇ ਅੱਲਾਹ ਤਾਲਾ ਨੇ ਮੈਨੂੰ ਆਪਣਾ ਮੁਹਤਾਜ ਕੀਤਾ ਹੋਇਆ ਹੈ, ਔਰ ਕਿਸੇ ਗੱਲ ਦਾ ਮੁਹਤਾਜ ਨਹੀਂ ਕੀਤਾ। ਵਾਹ, ਬੜੀ ਖੂਬਸੂਰਤ ਗੱਲ ਕੀਤੀ ਹੈ ਤੁਸੀਂ। ਇਹਦੇ ਵਿੱਚ ਤੁਹਾਡੀ ਜਿਹੜਾ ਸ਼ੁਕਰ ਕਰਨੇ ਦਾ ਅੰਦਾਜ਼ ਹੈ ਨਾ, ਇਹਦੇ ਵਿੱਚ ਯਕੀਨਨ ਅੱਲਾਹ ਵੀ ਬੜਾ ਖੁਸ਼ ਹੋਇਆ ਹੋਣਾ ਹੈ ਕਿ ਬੰਦਾ ਜਿਹੜਾ ਮੇਰਾ ਸ਼ੁਕਰਗੁਜ਼ਾਰ ਬੰਦਾ ਹੈ, ਹਾਲਾਂਕਿ ਮੈਂ ਇਸਨੂੰ ਇੱਕ ਬਾਜੇ ਤੋਂ ਸਿਵਾ ਕੁਝ ਨਹੀਂ ਦਿੱਤਾ। ਖਾਬ ਕਦੀ ਦੇਖਿਆ? ਕਦੀ ਰਾਤ ਨੂੰ ਸੌਂਦੇ ਆ, ਖਾਬ ਕੀ ਦੇਖਦੇ ਹੁੰਦੇ ਹੋ? ਖਾਬ ਇਹੀ ਵੇਖਦੇ ਹੈ ਕਿ ਯਾ ਅੱਲਾਹ ਤਾਲਾ ਕੋਈ ਆਕਬਤ ਅੱਛੀ ਚੰਗੀ ਸਾਡੀ ਸਵਾਰੀ ਜੀ। ਬਾਕੀ ਗੱਲ ਇਹ ਹੈ ਕਿ ਜਿਹੜੀ ਕਬਰ ਵਿੱਚ ਰਾਤ ਹੈ ਉਹ ਬਾਹਰ ਨਹੀਂ ਸਹੀ, ਤੇ ਜਿਹੜੀ ਬਾਹਰ ਰਾਤ ਹੈ ਉਹ ਕਬਰ ਵਿੱਚ ਨਹੀਂ। ਇਨਸਾਨ ਸੱਤ ਮਹਿਲ ਵਿੱਚ ਵੀ ਬੈਠਾ ਹੋਵੇ ਨਾ, ਤੇ ਮੌਤ ਉੱਥੇ ਵੀ ਉੱਥੇ ਆ ਜਾਂਦੀ। ਅੱਲਾਹ ਤਾਲਾ ਤੁਹਾਨੂੰ ਸਿਹਤ ਔਰ ਤੰਦਰੁਸਤੀ ਦੇਵੇ। ਔਰ ਸਾਨੂੰ ਕੋਈ ਛੋਟਾ ਜਿਹਾ ਹੋਰ ਮਿਸਰਾ ਜਿਹਾ ਕੋਈ ਸੁਣਾਓ, ਕਿਸੇ ਸੂਫੀ ਦਾ ਕਲਾਮ ਸੁਣਾਓ ਸਾਨੂੰ ਛੋਟਾ ਜਿਹਾ। ਹੋਰ ਠੀਕ ਠੀਕ ਛੋੜੇ ਦਾ ਨੀ
ਜੰਗਲ ਬੇਰਾ ਫਿਰਾਂ ਮੈਂ ਢੂੰਡੇਂਦੀ ਜੰਗਲ ਬੇਰਾ ਫਿਰਾਂ ਮੈਂ ਢੂੰਡੇਂਦੀ ਅਜੇ ਵੀ ਮਿਲੇ ਸਾਦਮ ਹੁੰਦਾ।